दोस्तों कुछ महीने पहला बाबा फरीद यूनिवर्सिटी फरीदकोट वालों बार अटेंडेंट की जॉब रिक्रूटमेंट अनाउंसमेंट की गई सी। काफ़ी मेरे वीर ने यह सवाल पूछा हुआ कमेंट में कि इसका जो एग्जाम डेट है कदों अनाउंसमेंट होगी, तो अज ही इन्होंने ऑफिशियल एक नोटिफिकेशन जारी किया है जिसका तुम्हें मैं पूरा PDF फाइल दिखा दिना। रिक्रूटमेंट के सैक्शन में इतने एक अपन बार अटेंडेंट की पोस्ट की नोटिफिकेशन का एक लिंक मिल जाता है, इससे आप जिम्मे ही क्लिक करते हैं तो इन्हों का जो ऑफिशियल नोटिफिकेशन इन्होंने जारी किया वो अपने सामने ओपन हो जाता है। नोटिफिकेशन इन्होंने दस्या हुआ है कि सेहत और परिवार भलाई विभाग पंजाब सरकार दी हदायतों के मुताबिक बार अटेंडेंट दी 800 असामिया की भर्ती 28 नवंबर 2020 जी होनी सी वह पोस्टपोन कर दी गई है। मतलब जदों हुण अगला नोटिफिकेशन यह जारी करनगे फिर डिसाइड करनगे कि किस डेट में एग्जाम होगा। ਤਾਂ ਕਰਕੇ ਦੋਸਤੋ ਬਾਰਡ ਅਟੈਂਡੈਂਟ ਦੀਆਂ ਪੋਸਟਾਂ ਦੇ ਰਿਲੇਟਡ ਕੋਈ ਵੀ ਨਿਊਜ਼ ਸਭ ਤੋਂ ਪਹਿਲਾਂ ਜਾਣਨ ਵਾਲੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਦੋਸਤੋ ਪੰਜਾਬ ਸਰਕਾਰ ਵੱਲੋਂ ਜਿਹੜੀ ਪਟਵਾਰੀ ਦੀਆਂ ਪੋਸਟਾਂ ਉਹਨਾਂ ਦੀ ਅਨਾਊਂਸਮੈਂਟ ਵੀ ਹੋ ਚੁੱਕੀ ਹੈ, ਜਿਹੜੇ ਕਿ ਜਨਵਰੀ ਦੇ ਐਂਡ ਵਿੱਚ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਇਸਦਾ ਜਾਰੀ ਹੋ ਜਾਵੇਗਾ। ਪਟਵਾਰੀ ਦੀ ਪੋਸਟ ਲਈ ਐਗਜ਼ਾਮ ਦੀ ਤਿਆਰੀ ਕਿਵੇਂ ਕਰਨੀ ਹੈ, ਕਿਹੜੀ ਕਿਹੜੀ ਬੁੱਕਸ ਆਪਾਂ ਪੜ੍ਹਨੀ ਹੈ, ਇਸ ਰਿਲੇਟਡ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ ਹਾਂ, ਉੱਪਰ ਆਈ ਬਟਨ 'ਤੇ ਜਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜਾਵੇਗੀ ਜਿਸ ਨੂੰ ਜ਼ਰੂਰ ਦੇਖ ਲਿਓ ਜੇ ਤੁਸੀਂ ਪਟਵਾਰੀ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ। ਅਤੇ ਉਸ ਵਿੱਚ ਜਿਹੜੀ ਬੁੱਕਸ ਲੇਟੈਸਟ ਐਡੀਸ਼ਨ ਦੀਆਂ ਬੁੱਕਸ ਮੈਂ ਮੈਨਸ਼ਨ ਕੀਤੀਆਂ ਹੋਈਆਂ ਨੇ ਅਤੇ ਉਸਨੂੰ ਤੁਸੀਂ ਇੱਕ ਲਿੰਕ ਦੁਆਰਾ ਉਸਨੂੰ ਘਰ ਪਰਚੇਜ਼ ਵੀ ਕਰ ਸਕਦੇ ਹੋ, ਔਨਲਾਈਨ ਤੁਸੀਂ ਉਸਨੂੰ ਮੰਗਵਾ ਸਕਦੇ ਹੋ। ਓਕੇ ਦੋਸਤੋ, ਜੇ ਬਾਰਡ ਅਟੈਂਡੈਂਟ ਐਂਡ ਪਟਵਾਰੀ ਦੀਆਂ ਪੋਸਟਾਂ ਬਾਰੇ ਕੋਈ ਵੀ ਜਾਣਕਾਰੀ ਦੀ ਲੋੜ ਹੈ ਤੁਹਾਨੂੰ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਮੈਂ ਤੁਹਾਡੀ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ।